हेलो जी, सत श्री अकाल जी। मैं अमनदीप कौर, पंजाबी कुकिंग एंड पंजाबी कल्चर ਵੀ ਤੁਹਾਡਾ ਸਵਾਗਤ ਕਰਦੀ ਹਾਂ। ਹੋਰ ਸੁਣਾਓ ਜੀ, ਸਾਰਿਆਂ ਦਾ ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ, ਠੀਕ ਠਾਕ ਹੋਣਗੇ। ਤੇ ਜਿਹੜੇ ਮੈਂ ਆਪਣੇ ਭਰਾ ਦੇ ਵਿਆਹ ਨੂੰ ਕੱਪੜੇ ਲਏ ਸੀਗੇ, ਹਨਾ, ਮਤਲਬ ਕਿ ਸੂਟ ਪਾਏ ਸੀ, ਮੰਮੀ ਨੇ ਦਵਾਏ ਸੀਗੇ, ਤੇ ਮੈਨੂੰ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀ ਕਿ ਤੁਸੀਂ ਆਪਣੇ ਸੂਟ ਦਿਖਾਓ ਵੀ ਕੀ ਪ੍ਰਾਈਸ ਹੈ ਉਹਨਾਂ ਦਾ। ਤੇ ਚਲੋ ਜੀ, ਅੱਜ ਆਪਾਂ ਤੁਹਾਨੂੰ ਸੂਟ ਦਿਖਾਉਂਦੇ ਹਾਂ ਆਪਣੇ। ਤੇ ਇਹਨਾਂ ਦੇ ਵਿੱਚੋਂ ਦੋ ਸੂਟ ਤਾਂ ਏਦਾਂ ਦੇ ਨੇ ਜਿਹੜੇ ਮੈਂ ਹਜੇ ਪਾਏ ਨਹੀਂ, ਬਿਲਕੁਲ ਟੱਚ ਨਹੀਂ ਕਰੇ ਹੈਗੇ, ਏਦਾਂ ਹੀ ਰਹਿ ਗਏ ਉਹ ਹਜੇ ਪਾਉਣ ਤੋਂ। ਉਹ ਵੀ ਜਦੋਂ ਅੱਗੇ ਮੈਰਿਜ ਆਊਗੀ ਨਾ, ਉੱਥੇ ਪਾਵਾਂਗੇ ਆਪਾਂ। ਤੁਸੀਂ ਸਭ ਤੋਂ ਪਹਿਲਾਂ ਜਿਹੜੇ ਸੂਟ ਪਾਏ ਹੋਏ ਤੁਹਾਨੂੰ ਉਹ ਦਿਖਾਉਂਦੀ ਹਾਂ। ਇਹ ਹੈਗਾ ਜੀ ਔਰਗੈਂਜਾ ਦਾ ਸੂਟ ਹੈ ਇਹ। ਸਭ ਤੋਂ ਪਹਿਲਾਂ ਤੁਹਾਨੂੰ ਆਪਾਂ ਇਹ ਸੂਟ ਦਿਖਾਈਏ। ਇਹ ਸੂਟ ਹੈਗਾ ਜੀ ਔਰਗੈਂਜਾ ਦਾ ਸੂਟ ਹੈ ਇਹ, ਤੇ ਉੱਪਰ ਇਹਦੇ ਤੀਲਾ ਵਰਕ ਕਰਿਆ ਹੋਇਆ, ਮਤਲਬ ਕਿ ਜਰੀ ਦਾ ਵਰਕ ਕਰਿਆ ਹੋਇਆ ਇਹਦੇ ਤੇ। ਆ ਦੇਖੋ, ਮੈਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਂਦੀ ਹਾਂ। ਲਓ ਜੀ, ਆ ਦੇਖੋ, ਇਹਦੇ ਤੇ ਏਦਾਂ ਵਰਕ ਕਰਿਆ ਹੋਇਆ, ਤੇ ਏਦਾਂ ਵਿੱਚ ਸਤਾਰੇ ਲਾਏ ਹੋਏ ਨੇ, ਆ ਦੇਖੋ ਏਦਾਂ, ਤੇ ਏਦਾਂ ਗਲੇ ਤੇ ਜਾਲ ਤੇ ਵਰਕ ਕਰਿਆ ਹੋਇਆ, ਏਦਾਂ ਹੀ ਬਾਹਾਂ, ਆ ਦੇਖੋ, ਆ ਦੇਖੋ ਇਹ ਬਾਹਾਂ। ਤੇ ਇਹ ਹੈਗੀ ਜੀ ਇਹਦੀ ਸਲਵਾਰ, ਸਲਵਾਰ ਤੇ ਵੀ ਏਦਾਂ ਫੁੱਲ ਵਰਕ ਕਰਿਆ ਹੋਇਆ, ਆ ਦੇਖੋ। ਤੇ ਇਹ ਹੈਗਾ ਇਹਦਾ ਦੁਪੱਟਾ, ਦੁਪੱਟਾ ਵੀ ਜਿਹੜਾ ਇਹਦਾ ਔਰਗੈਂਜੇ ਦਾ ਹੈ, ਇਹ ਬੁਟੀਕ ਤੋਂ ਪੀਸ ਤਿਆਰ ਹੋਇਆ ਹੋਇਆ ਹੈ, ਆ ਦੇਖੋ। ਆ ਦੇਖੋ ਸਲਵਾਰ ਦੇ ਨਾਲ ਦੇ ਦੁਪੱਟੇ ਦੇ ਏਦਾਂ ਅਟੈਚ ਕਰਕੇ, ਹੈ ਨਾ, ਏਦਾਂ ਵਰਕ ਇੱਧਰ ਕਰਿਆ ਹੋਇਆ, ਤੇ ਇਹ ਜੈਲੋ ਕਲਰ ਉੱਪਰ ਦੁਪੱਟੇ ਦੇ, ਤੇ ਫੋਰ ਸਾਈਡ ਤੇ ਲੈਸ ਲੱਗੀ ਹੋਈ ਹੈ, ਤੇ ਬਹੁਤ ਪਿਆਰਾ ਪੀਸ ਹੈ ਇਹ। ਤੇ ਕਲਰ ਵੀ ਇਹ ਇੱਕੋ ਸੀਗਾ, ਤੇ ਕਲਰ ਇਹਦੇ ਵਿੱਚ ਇੱਕੋ ਹੀ ਹੈ, ਇਹੀ ਕਲਰ ਇਹਦੇ ਵਿੱਚ। ਮੈਨੂੰ ਇਹ ਸੂਟ ਦੇ ਬਹੁਤ ਜ਼ਿਆਦਾ ਡਿਮਾਂਡ ਆਈ, ਤੁਸੀਂ ਕਿੱਥੋਂ ਲਿਆ ਇਹ ਸੂਟ, ਕਿੰਨੇ ਦਾ ਲਿਆ ਹੈ? ਤੇ ਇਹ ਸੂਟ ਲਿਆ ਜੀ ਮੈਂ 5500 ਦਾ, ਇਹ ਮੈਂ ਤਿਆਰ ਕਰਵਾਇਆ ਸੀਗਾ। ਤੇ ਬਾਕੀ ਉਹਨਾਂ ਕੋਲ ਤਿਆਰ ਹੋਏ ਹੋਏ ਹੋਰ ਸੂਟ ਵੀ ਹੈਗੇ ਨੇ, ਜੇ ਤੁਸੀਂ ਇਹ ਸੂਟ ਲੈਣਾ ਹੋ ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਹੈ ਨਾ, ਤੇ ਆਪਾਂ ਤੁਹਾਨੂੰ ਇੱਦਾਂ ਦੇ ਸੂਟ ਹੋਰ ਮੰਗਵਾ ਕੇ ਦੇ ਦਾਂਗੇ। 5500 ਇਹਦਾ ਪ੍ਰਾਈਸ ਹੈ। ਚਲੋ ਜੀ, ਸੈਕਿੰਡ ਨੰਬਰ ਤੇ ਇਹ ਵਾਲਾ ਸੂਟ ਹੈ, ਇਹ ਹੈਗਾ ਔਰੇਂਜ ਕਲਰ, ਤੇ ਇਹ ਆਪਾਂ ਨੇ ਜੀ ਵਾਈਟ ਕੱਪੜਾ ਲੈ ਕੇ ਡਾਈ ਕਰਵਾਇਆ ਸੀਗਾ। ਦੇਖੋ ਇਹ ਜੀ ਸਕਰਟ ਹੈ, ਇਹਦੇ ਵਿੱਚ ਨਾ ਏਦਾਂ ਇਹ ਵਰਕ ਸੀਗਾ, ਮਿਰਰ ਵਰਕ ਕਰਿਆ ਹੋਇਆ ਇਹਦੇ ਵਿੱਚ, ਵਾਈਟ ਕਲਰ ਦੇ ਵਿੱਚ ਸੀਗਾ, ਤੇ ਫਿਰ ਆਪਾਂ ਨੇ ਇਹਨੂੰ ਡਾਈ ਕਰਾਇਆ ਔਰੇਂਜ ਕਲਰ। ਆ ਦੇਖੋ ਫਰੰਟ ਤੇ ਵੀ ਬੈਕ ਤੇ ਵੀ ਸੇਮ ਹੈ, ਤੇ ਇਹ ਲਾਏ ਹੋਏ ਨੇ ਇਹਦੇ ਲਟਕਣ, ਇਹ ਜਿਹੜਾ ਕੱਪੜਾ ਆਪਾਂ ਨੇ ਲਿਆ ਸੀਗਾ, ਕੱਲੀ ਸ਼ਰਟ ਦਾ ਕੱਪੜਾ ਲਿਆ ਸੀਗਾ, ਇਹ 1300 ਰੁਪਏ ਮੀਟਰ ਲਿਆ ਸੀਗਾ, 1300 ਰੁਪਏ ਮੀਟਰ ਲੈ ਕੇ, ਤੇ ਫਿਰ ਇਹਨੂੰ ਆਪਾਂ ਨੇ ਡਾਈ ਕਰਵਾਇਆ। ਇਹ ਵੀ ਆਪਾਂ ਨੇ ਵਾਈਟ ਲਿਆ ਸੀਗਾ, ਇਹਨੂੰ ਵਾਈਟ ਲੈ ਕੇ ਡਾਈ ਕਰਵਾ ਕੇ, ਤੇ ਇਹ ਜਿਹੜਾ 18 ਕਲੀਆਂ ਵਾਲਾ ਆਪਾਂ ਨੇ ਲਹਿੰਗਾ ਸਿਲਾਈ ਕਰਵਾਇਆ। ਪਹਿਲਾਂ ਮੈਂ ਦੂਜਾ ਪਲਾਜੋ ਟਾਈਪ ਕਹਿ ਰਹੀ ਸੀਗੀ, ਫਿਰ ਮੈਨੂੰ ਉਹ ਚੰਗਾ ਨਹੀਂ ਲੱਗਿਆ, ਫਿਰ ਮੈਂ ਏਦਾਂ ਦਾ ਬਣਵਾਇਆ, ਤੇ ਇਹਦੇ ਤੇ ਉੱਪਰ ਇਹ ਜਿਹੜੀ ਇਹਦੇ ਮੈਨੂੰ ਲੈਸ ਦਾ ਨਾਮ ਨਹੀਂ ਹੁਣ ਯਾਦ ਆ ਰਿਹਾ, ਕਿਆ ਕਹਿੰਦੇ ਆ, ਇਹ ਲੈਸ ਲਗਵਾਈ ਏਦਾਂ, ਇਹ ਕਲੀਆਂ ਤੇ ਲੈਸ ਲੱਗੀ ਹੋਈ ਆ, ਦੇਖੋ ਇਹਨੂੰ ਤੁਸੀਂ ਕਲੀਆਂ ਦੀ ਲੈਸ ਕਹਿ ਕੇ ਲੈ ਸਕਦੇ ਹੋ, ਜਿਹੜੀ ਕਲੀਆਂ ਤੇ ਲੈਸ ਲੱਗਦੀ ਹੈ। ਆ ਦੇਖੋ ਇਹ ਹੈਗਾ ਇਹਦੇ ਸ਼ਰਟ, ਸ਼ਰਟ ਦੇ ਵਿੱਚ ਆ ਦੇਖੋ ਏਦਾਂ ਇਹਦੇ ਵਰਕ ਹੈ ਹੋਇਆ ਹੋਇਆ, ਇਹ ਵਾਈਟ ਵਰਕ ਸੀਗਾ ਪਹਿਲਾਂ, ਜਿਵੇਂ ਇਹ ਵਰਕ ਜਿਹੜਾ ਉਹ ਹੋਇਆ, ਵਰਕ ਨੂੰ ਕਲਰ ਚੜਿਆ ਓਦਾਂ ਹੀ, ਹੈ ਨਾ, ਇਹ ਜਿਹੜਾ ਚਮਕਣ ਲੱਗ ਗਿਆ ਜਿਵੇਂ, ਇਹਨੂੰ ਤੁਸੀਂ ਕੋਈ ਵੀ ਕਲਰ ਕਰਵਾ ਸਕਦੇ ਹੋ। ਤੇ ਇਹ ਹੈਗਾ ਜੀ ਦੁਪੱਟਾ, ਦੁਪੱਟਾ ਹੈਗਾ ਪਿਓਰ ਸ਼ਿਫੋਨ ਦਾ, ਇਹ ਦੁਪੱਟਾ ਹੀ ਮੈਂ ਆਪੇ ਤਿਆਰ ਕਰਵਾਇਆ ਸੀਗਾ, ਮੈਂ ਡਿਜ਼ਾਇਨ ਦੱਸਿਆ ਸੀਗਾ ਤਿਆਰ ਕਰਵਾਉਣ ਵਾਸਤੇ, ਇਹ ਵੀ ਮੈਂ ਬੁਟੀਕ ਤੋਂ ਤਿਆਰ ਕਰਵਾਇਆ ਦੁਪੱਟਾ, ਤੇ ਆਪਣਾ ਜਿਹੜਾ ਆਪਣਾ ਘੱਗਰ ਹੈ ਲਹਿੰਗਾ ਕਹਿ ਲਓ ਤੁਸੀਂ ਉਹਨੂੰ, 18 ਕਲੀਆਂ ਵਾਲਾ ਉਹ, ਆ ਦੇਖੋ ਏਦਾਂ ਹੀ, ਤੇ ਏਦਾਂ ਲੈਸ ਲਗਵਾਈ ਹੈ, ਤੇ ਏਦਾਂ ਵਿੱਚ ਡਿਜ਼ਾਇਨ ਬਣਵਾਇਆ। ਇਹ ਹੁਣ ਡਾਈ ਡੂਈ ਕਰਾ ਕੇ ਵਿੱਚ, ਹੈ ਨਾ, ਇਹ ਮਤਲਬ ਕਿ 4500 ਦਾ ਤਾਂ ਤੁਸੀਂ ਲਾ ਲਓ ਸੂਟ ਹੋ ਗਿਆ, ਵਿੱਚੇ ਸਣੇ ਡਾਈ, ਵਿੱਚੇ ਮੈਂ ਲੱਗਦਾ ਸਿਲਾਈ ਵੀ ਲਾ ਕੇ ਵਿੱਚੇ ਲੈ ਸਕਦੇ, 4500 ਤੱਕ ਦਾ ਪੈ ਗਿਆ ਆਪਾਂ ਨੂੰ ਇਹ, ਜ਼ਿਆਦਾ ਆਪਾਂ ਨੇ ਜ਼ਿਆਦਾ ਗੈਸ ਲਾਏ ਨਹੀਂ, ਮਤਲਬ ਮੋਟਾ ਮੋਟਾ ਜੋੜ ਲਾ ਕੇ ਉਹ ਕਰਿਆ। ਤੇ ਉਸ ਤੋਂ ਬਾਅਦ ਚ ਹੈਗੇ ਜੀ ਆਪਣੇ ਇਹ ਬਲੈਕ ਕਲਰ ਦਾ ਸੂਟ,
ਇਹ ਵੀ ਆਪਾਂ ਨੇ ਬੁਟੀਕ ਤੋਂ ਤਿਆਰ ਕਰਵਾਇਆ ਹੈ। ਇੱਦਾਂ ਜਿਹੜਾ ਆਪਾਂ ਨੇ ਗਲਾ ਬਣਵਾਇਆ, ਗਲੇ ਤੇ ਇੱਦਾਂ ਆਪਾਂ ਨੇ ਇਹ ਲੈਸ ਲਗਵਾ ਲਈ। ਲੈਸ ਲਗਵਾ ਕੇ ਇੱਦਾਂ ਇਹਨੂੰ ਡਿਜ਼ਾਈਨ ਦੇ ਦਿੱਤੇ ਆ। ਤੇ ਇਹ ਹੈਗੀਆਂ ਨੇ ਜਿਹਦੀਆਂ ਬਾਹਾਂ, ਹੈਗੀਆਂ ਨੇ ਜਿਹਦੀਆਂ ਬਾਹਾਂ। ਪੱਲੇ ਤੇ ਆਪਾਂ ਨੇ ਇੱਦਾਂ ਲੈਸ ਲਗਵਾ ਲਈ ਚਾਕਾਂ ਤੇ। ਤੇ ਇਹ ਹੈਗੇ ਜਿਹਦਾ ਪੱਲਾ, ਪੱਲੇ ਤੇ ਇੱਦਾਂ ਆਪਾਂ ਨੇ ਵਰਕ ਕਰਵਾਇਆ। ਤੇ ਇਹ ਹੈਗੀ ਜਿਹਦੇ ਪੌਂਚੇ, ਇਹ ਮਸਲੀਨ ਕੋਟਨ ਦਾ ਸੂਟ ਹੈ। ਇਹ ਵੀ ਆਪਾਂ ਵਾਈਟ ਲੈ ਕੇ ਡਾਈ ਕਰਵਾਇਆ ਹੈ ਬਲੈਕ ਕਲਰ। ਤੇ ਇੱਦਾਂ ਪੌਂਚਿਆਂ ਦੇ ਵਰਕ ਆ ਗਿਆ। ਤੇ ਮਸਲੀਨ ਦਾ ਇਹ ਦੁਪੱਟਾ ਹੈ ਜੀ, ਟਾਈ ਐਂਡ ਡਾਈ ਦਾ ਆਪਾਂ ਨੇ ਇਹ ਦੁਪੱਟਾ ਜਿਹੜਾ ਉਹ ਕਰਵਾਇਆ, ਡਾਈ ਕਰਵਾਇਆ ਇਹ ਦੁਪੱਟਾ। ਇਹ ਮਸਲੀਨ ਕੋਟਨ ਦਾ ਦੁਪੱਟਾ ਹੈ ਆਪਣਾ। ਤੇ ਇਹ ਦੁਪੱਟਾ ਆਪਾਂ ਨੂੰ 500 ਦਾ ਪਿਆ ਸੀਗਾ ਬਿਨਾਂ ਡਾਈ ਕਰਾਏ। ਇਹ 500 ਦੁਪੱਟਾ ਲੈ ਕੇ ਆਪਾਂ ਨੇ ਫਿਰ ਇਹਨੂੰ ਡਾਈ ਕਰਵਾਇਆ ਹੈ। ਤੇ ਇੱਦਾਂ ਦੀ ਇਹਦੇ 'ਤੇ ਲਾਈ ਹੈ ਲੈਸ। ਹੁਣ ਇਹ ਸੂਟ ਦਾ ਮੈਨੂੰ ਚੇਤਾ ਭੁੱਲ ਗਿਆ ਕਿਉਂਕਿ ਡਾਈ ਕਰਾਇਆ ਵਿੱਚ, ਹੈ ਨਾ, ਵਰਕ ਕਰਾਇਆ। ਮਤਲਬ ਤੁਸੀਂ ਲਾ ਲਓ 3500 ਤੱਕ ਦਾ ਪੈ ਗਿਆ ਹੋਣਾ, 35 ਜਾਂ 36 ਸੈਂਤੀ ਕੁਛ ਇੰਨੇ ਤੱਕ ਦਾ ਸੂਟ ਪੈ ਗਿਆ ਆਪਾਂ ਨੂੰ। ਇਹ ਬਿਨਾਂ ਡਾਈ ਤੋਂ ਹੀ ਵੈਸੇ ਮਿਲ ਜਾਂਦਾ ਹੈ, ਪਰ ਆਪਾਂ ਨੇ ਇਹ ਡਾਈ ਕਰਵਾਇਆ ਸੀਗਾ ਲੈ ਕੇ ਮਸਲੀਨ। ਮਸਲੀਨ ਕਈ ਤਰ੍ਹਾਂ ਦੀ ਹੁੰਦੀ ਹੈ, ਹੈ ਨਾ, ਕੋਈ ਘੱਟੇ 'ਚ ਹੁੰਦੀ, ਕੋਈ ਵਧੀਆ ਹੁੰਦੀ। ਇਹ ਆਪਾਂ ਨੇ ਵਧੀਆ ਵਾਲੀ ਵਾਈਟ ਮਸਲੀਨ ਲੈ ਕੇ ਫੇਰ ਇਹਨੂੰ ਡਾਈ ਕਰਵਾਇਆ ਸੀਗਾ। ਲਓ ਜੀ, ਉਸ ਤੋਂ ਬਾਅਦ 'ਚ ਹੈਗਾ ਆਪਣਾ ਇਹ ਵਾਲਾ ਸੂਟ। ਇਹ ਵੀ ਔਰਗੈਂਜੇ ਦੇ ਸੂਟ ਹੈ ਇਹ। ਏਦਾਂ ਇਹਦੇ ਗਲੇ ਤੇ ਪੱਟੀ ਦਿੱਤੀ ਹੋਈ ਤੇ ਫਲਾਵਰ ਹੈ ਇੱਥੇ। ਬਾਹਾਂ ਇਹਦੀਆਂ ਪਲੇਨ ਹੈ, ਬਾਹਾਂ ਤੇ ਕੁਛ ਨਹੀਂ, ਤੇ ਆਪਾਂ ਨੇ ਨਾ ਕੁਛ ਲਗਵਾਇਆ ਬਾਹਾਂ ਤੇ। ਤੇ ਏਦਾਂ ਇਹਦਾ ਹੈਗਾ ਪੱਲਾ ਦੇਖੋ। ਇਹ ਵੀ ਪੂਰੀ ਸਿੰਗਲ ਟਾਂਕੇ ਵਾਲਾ ਵਰਕ ਹੈ ਇਹ, ਦੇਖੋ ਏਦਾਂ ਫਲਾਵਰ ਪਾਏ ਹੋਏ ਨੇ। ਤੇ ਏਦਾਂ ਇਹਦੇ, ਤੇ ਇਹਦੇ ਨਾਲ ਦੇ ਸੂਟ ਜਿਹੜਾ ਮੇਰੀ ਭਰਜਾਈ ਦਾ ਸੇਮ। ਤੇ ਇਹ ਹੈਗੀ ਜੀ ਸਲਵਾਰ, ਬਸ ਸਾਡੇ ਕਲਰਾਂ ਚ ਫਰਕ ਹੈ, ਇਹ ਸੂਟ ਸਾਡੇ ਸੇਮ ਨੇ। ਤੇ ਇਹ ਹੈਗਾ ਜੀ ਦੁਪੱਟਾ, ਔਰਗੈਂਜੇ ਦਾ ਦੁਪੱਟਾ ਹੈ, ਦੁਪੱਟਾ ਇਹ ਫੁੱਲ ਹੈਵੀ ਹੈ, 4 ਸਾਈਡ ਕੱਟ ਵਰਕ ਹੈ, ਤੇ ਵਿੱਚ ਏਦਾਂ ਇਹਨਾਂ ਨੇ ਬੁੱਟੇ ਦਿੱਤੇ ਹੋਏ ਨੇ। ਕੰਟਰਾਸਟ ਜਿਹੜਾ ਤਾਂ ਬਹੁਤ ਜ਼ਿਆਦਾ ਵਧੀਆ ਹੈ ਨਾ, ਕਲਰ ਕੰਟਰਾਸਟ ਹੈ, ਕੰਬੀਨੇਸ਼ਨ ਹੈ, ਬਹੁਤ ਸੋਹਣਾ ਬਣਿਆ ਹੋਇਆ ਹੈ। ਪਾਇਆ ਹੋਇਆ ਤੁਸੀਂ ਦੇਖਿਆ ਹੋਣਾ, ਬਹੁਤ ਜ਼ਿਆਦਾ ਵਧੀਆ ਲੱਗਦਾ ਹੈ। ਇਹਦਾ ਮੈਨੂੰ ਚੇਤਾ ਭੁੱਲ ਗਿਆ, ਇਹ ਮੈਨੂੰ ਯਾਦ ਨਹੀਂ ਕਿੰਨੇ ਦਾ ਹੈ, ਕਿਉਂਕਿ ਤੁਸੀਂ ਲਾ ਲਓ ਹੈ ਨਾ ਮਹੀਨੇ ਤੋਂ ਉੱਪਰ ਦਾ ਵਿਆਹ ਨੂੰ ਹੋ ਗਿਆ, ਉਹ ਤੋਂ ਪਹਿਲਾਂ ਹੀ ਮਹੀਨਾ ਪਹਿਲਾਂ ਆਪਾਂ ਖਰੀਦਣ ਲੱਗ ਗਏ ਸੀਗੇ, ਇੰਨਾ ਯਾਦ ਨਹੀਂ ਰਿਹਾ। ਤੇ ਇਹ ਹੈਗਾ ਜੀ ਮਸਲੀਨ ਦਾ ਸੂਟ, ਇਹ ਮੈਂ ਪਾਇਆ ਸੀਗਾ ਸੂਟ, ਇਹ ਮੈਂ ਚਿੱਠੀ ਨੂੰ ਪਾਇਆ ਸੀਗਾ ਸੂਟ, ਇਹ ਜਦੋਂ ਆਪਾਂ ਨਾਨਕੇ ਭੇਲੀ ਲੈ ਕੇ ਗਏ ਸੀਗੇ ਉਦੋਂ ਪਾਇਆ ਸੀ। ਇਹਦਾ 2 ਸਾਈਡ ਕੱਟ ਵਰਕ ਹੈ, ਤੇ ਇੱਦਾਂ ਬਲੈਕ ਕਲਰ ਦੇ ਫਲਾਵਰ ਪਾਏ ਹੋਏ ਨੇ ਇਹਦੇ ਵਿੱਚ, ਪਿੰਕ ਕਲਰ ਮੈਨੂੰ ਸੋਹਣਾ ਲੱਗਿਆ। ਤੇ ਇਹ ਮਸਲੀਨ ਥੋੜੀ ਜਿਹੀ ਜਿਵੇਂ ਸਿਲਕ ਜੀ ਮਸਲੀਨ ਕਹਿ ਦਿੰਦੇ ਆਪਾਂ, ਉਦਾਂ ਹੀ ਧੋ ਕੇ ਏਦਾਂ ਹੀ ਰੱਖਿਆ, ਇਹਨੂੰ ਪ੍ਰੈਸ ਵੀ ਨਹੀਂ ਕਰਕੇ ਰੱਖ ਹੋਇਆ ਮੈਂ ਤਾਂ, ਬਸ ਟਾਈਮ ਹੀ ਨਹੀਂ ਲੱਗਦਾ, ਕਦੇ ਕੋਈ ਪ੍ਰੋਗਰਾਮ ਆ ਜਾਂਦਾ, ਕਦੇ ਕੋਈ ਪ੍ਰੋਗਰਾਮ ਆ ਜਾਂਦੇ। ਆ ਦੇਖੋ, ਇਹ ਤੇ ਏਦਾਂ ਵਰਕ ਹੈ ਪੱਲੇ ਤੇ, ਤੇ ਏਦਾਂ ਇਹਦੇ ਗਲੇ ਤੇ ਡਿਜ਼ਾਈਨ ਲਾਇਆ ਹੋਇਆ। ਤੇ ਇਹ ਹੈਗੀ ਜਿਹਦੀਆਂ ਬਾਹਾਂ, ਮੋਰੀਆਂ ਤੇ ਇਹਦੇ ਕੋਈ ਵਰਕ ਨਹੀਂ ਹੈਗਾ। ਲਓ ਜੀ, ਉਸ ਤੋਂ ਬਾਅਦ ਆ ਗਿਆ ਆਪਣਾ ਸੂਟ ਇਹ ਬਰਾਤ ਵਾਲਾ, ਇਹ ਆਪਣੇ ਬਰਾਤ ਨੂੰ ਪਾਇਆ ਸੀਗਾ। ਇਹ ਵੀ ਮੇਰਾ ਤੇ ਮੇਰੀ ਭਾਬੀ ਦਾ ਸੇਮ ਸੀਗਾ, ਸਿਰਫ ਸਾਡੇ ਕਲਰਾਂ ਚ ਫਰਕ ਸੀਗਾ। ਉਹ ਕਹਿੰਦੇ ਮੈਂ ਪਿੰਕ ਲੈ ਕੇ, ਮੈਂ ਤਾਂ ਪਿੰਕ ਲਾਉਂਗੀ। ਲਓ ਜੀ, ਇਹ ਫਰਖਾਬਾਦੀ ਸੂਟ ਹੈ, ਆ ਦੇਖੋ, ਆਪਾਂ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦੇ ਹਾਂ। ਆ ਦੇਖੋ, ਏਦਾਂ ਪੱਲੇ ਦੇ ਵਰਕ ਹੈ, ਤੇ ਏਦਾਂ ਸਾਰਾ ਹੁਣ ਉੱਪਰ ਜਾਲ ਹੈ, ਤੇ ਉਸ ਤੋਂ ਉੱਪਰ ਏਦਾਂ ਇਹ ਲਾਏ ਹੋਏ ਨੇ ਸਟੋਨ। ਤੇ ਏਦਾਂ ਹੈਗੀ ਨੇ ਜੀ ਬਾਹਾਂ ਇਹਦੀਆਂ, ਆ ਦੇਖੋ, ਇਹਦੇ ਤੇ ਆਪਾਂ ਨੇ ਕੋਈ ਲਟਕਣ ਵਗੈਰਾ ਕੋਈ ਕੁਛ ਨਹੀਂ ਲਗਵਾਇਆ, ਹੈ ਨਾ। ਤੇ ਇਹ ਹੈਗੀ ਜੀ ਆਪਣੀ ਸਲਵਾਰ, ਸਲਵਾਰ ਤੇ ਵੀ ਏਦਾਂ ਹੀ ਪਹੁੰਚੇ ਦੇ ਵਰਕ ਹੈ, ਹੈ ਨਾ। ਆ ਦੇਖੋ, ਇਹ ਹੈਗਾ ਤਾਂ ਦੁਪੱਟਾ, ਦੁਪੱਟਾ ਹੈਗਾ ਤਾਂ, ਦੁਪੱਟਾ ਹੈਗਾ ਤਾਂ ਫੁੱਲ ਹੈ ਜੀ, ਦੇਖੋ
ਇੰਨਾ ਹੈ ਨਹੀਂ ਹੈ ਨਾ ਸਾਂਭਿਆ ਵੀ ਨਹੀਂ ਜਾਂਦਾ ਮੈਂ ਨਾ ਫਿਰ ਇਹਦੇ ਨਾਲ ਲਾ ਕੇ ਨਾ ਸੇਫਟੀ ਨੂੰ ਫੇਰ ਸੰਭਾਲ ਲਿਆ ਇਹ ਦੁਪੱਟਾ ਆ ਦੇਖੋ ਤੇ ਇਹ ਸੂਟ ਬਣੇ ਜੀ ਆਪਣੇ 15,000 ਦਾ ਬਾਕੀ ਰੇਟ ਤਾਂ ਹਨਾ ਹਰ ਇੱਕ ਬੁਟੀਕ ਵਾਲੇ ਅਲੱਗ ਅਲੱਗ ਹੁੰਦੇ ਨੇ ਲੋਕੀ 25,000 ਦੇ ਬਣਾ ਰਹੇ ਨੇ ਕੋਈ ਕੋਈ 30,000 ਦੇ ਬਣਾ ਰਿਹਾ ਕੋਈ ਕਿੰਨੇ ਦਾ ਵੀ ਹਨਾ ਮਤਲਬ ਕਿ ਹਰ ਇੱਕ ਦੇ ਆਪਣੇ ਆਪਣੇ ਰੇਟ ਨੇ ਪਰ ਇਹ ਮੈਨੂੰ 15,000 ਦਾ ਸੂਟ ਮਿਲਿਆ ਤੇ ਇੱਕ ਭਰਜਾਈ ਦਾ ਸੀਗਾ ਮੇਰੀ ਦਾ ਤੇ ਇੱਕ ਮੇਰਾ ਸੂਟ ਸੀਗਾ ਇਹਨੂੰ ਆਪਾਂ ਨੇ ਇੱਕ ਵਾਰੀ ਡਰਾਈ ਕਲੀਨ ਕਰਾਤੀ ਕਿਉਂਕਿ ਇਹਨੂੰ ਜਤਿੰਦਰ ਦੇ ਵਿਆਹ ਵਿੱਚ ਨਾ ਪਤਾ ਨਹੀਂ ਕੀ ਡੁੱਲ ਗਿਆ ਸੀਗਾ ਇਹਦੇ ਉੱਪਰ ਫਿਰ ਤਾਂ ਕਰਕੇ ਮੈਨੂੰ ਇਹਨੂੰ ਡਰਾਈ ਕਲੀਨ ਕਰਾਉਣਾ ਪੈ ਗਿਆ ਤੇ ਫਿਰ ਉਸ ਤੋਂ ਬਾਅਦ 'ਚ ਆਪਾਂ ਨੇ ਦੂਜੇ ਵਿਆਹ 'ਚ ਪਾਇਆ ਸੀਗਾ ਇਹ ਤੇ ਇਹ ਹੈਗੀ ਜੀ ਤੁਸੀਂ ਫੁਲਕਾਰੀ ਵੀ ਕਹਿ ਸਕਦੇ ਹੋ ਤੁਸੀਂ ਇਹਨੂੰ ਸਟੋਲ ਵੀ ਕਹਿ ਸਕਦੇ ਹੋ ਇਹ ਜਿਹੜੀ ਆਪਾਂ ਨੇ ਜਤਿੰਦਰ ਦੇ ਗਲ 'ਚ ਪਾਈ ਸੀਗੀ ਹਨਾ ਬਰਾਤ ਵਾਲੇ ਦਿਨ ਇਹ ਸਲੀਨ ਦੀ ਲਈ ਸੀਗੀ ਇਹ ਮੇਰੀ ਉਹ ਪਸੰਦ ਦੀ ਸੀਗੀ ਹਨਾ ਮੰਮੀ ਕਹਿੰਦੇ ਤੁਹਾਨੂੰ ਪਸੰਦ ਦੀ ਲਿਆਈ ਜਿੱਦਾਂ ਦੀ ਵੀ ਹਨਾ ਫਿਰ ਕਹਿੰਦੇ ਭੈਣਾਂ ਨੂੰ ਦੇ ਦਿੰਦੇ ਹੁਣੇ ਵੀ ਭੈਣਾਂ ਫਿਰ ਸੂਟ ਸਵਾਣ ਜਾਂ ਜਿਵੇਂ ਮਰਜ਼ੀ ਹਨਾ ਲੈਣ ਪਹਿਲਾਂ ਤਾਂ ਮੈਂ ਇਹਨੂੰ ਮਤਲਬ ਕਿ ਇੱਕ ਸੂਟ ਦੇ ਉੱਪਰ ਕਿਹੜਾ ਸੂਟ ਤਾਂ ਮੰਮੀ ਚੱਕਰੀਆਂ ਨੂੰ ਲਈ ਤੀ ਮੈਂ ਹਨਾ ਮੈਂ ਪਰਪਲ ਸੂਟ ਦੇ ਉੱਪਰ ਲਈ ਸੀਗੀ ਆ ਫੁਲਕਾਰੀ ਦੇ ਤੌਰ ਤੇ ਪਰ ਫਿਰ ਮੈਂ ਸੋਚਿਆ ਵੀ ਜਿਹੜਾ ਸੂਟ ਸਿਲਾਈ ਕਰਾ ਲੂੰਗੀ ਪਰ ਹਜੇ ਵੀ ਹਜੇ ਮੇਰੇ ਕੋਲ ਵਾਧੂ ਸੂਟ ਨੇ ਇਹ ਪੂਰੀ ਲੰਬੀ ਖੁੱਲੀ ਜੋੜੀ ਹੈ ਤੇ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਉਹ ਸੂਟ ਜਿਹੜੇ ਹਜੇ ਆਪਾਂ ਨੇ ਨਹੀਂ ਪਾਏ ਇਹ ਤਾਂ ਮਸਲੀਨ ਕੋਟਨ ਦਾ ਸੂਟ ਹੈ ਇਹ ਹਜੇ ਆਪਾਂ ਨੇ ਸਿਲਾਈ ਨਹੀਂ ਨਾ ਸਿਲਾਈ ਤਾਂ ਕਰਵਾ ਲਿਆ ਸੋਰੀ ਪਾਇਆ ਨਹੀਂ ਹੈਗਾ ਪਰ ਇਹ ਪਊਗਾ ਜੀ ਹੁਣ ਗਰਮੀਆਂ ਚ ਹੁਣ ਤਾਂ ਇਹਨੇ ਪੈਣਾ ਨਹੀਂ ਹੈਗਾ ਕਿਉਂਕਿ ਸਰਦੀਆਂ ਆ ਰਹੀਆਂ ਨੇ ਅੱਗੇ ਏਦਾਂ ਦਾ ਫਰੰਟ ਹੈ ਤੇ ਏਦਾਂ ਬੈਕ ਹੈ ਤੇ ਇਹ ਹੈਗੀ ਇਹਦੀ ਸਲਵਾਰ ਇਹ ਦੁਪੱਟਾ ਹੈ ਪੂਰਾ ਪ੍ਰਿੰਟਦਾਰ ਦੁਪੱਟਾ ਬਣਿਆ ਹੋਇਆ ਜਿੱਦਾਂ ਕਮੀਜ਼ ਦੇ ਵਿੱਚ ਪ੍ਰਿੰਟ ਹੈ ਨਾ ਉਦਾਂ ਦੁਪੱਟੇ ਦੇ ਵਿੱਚ ਪ੍ਰਿੰਟ ਹੈ ਇੱਕ ਸੂਟ ਇਹ ਹੈ ਇਹ ਮੈਨੂੰ ਪਾਉਣ ਦਾ ਮੌਕਾ ਨਹੀਂ ਮਿਲਿਆ ਇਹ ਫੁੱਲ ਹੈਵੀ ਸੂਟ ਹੈ ਇਹ ਆਪਾਂ ਨੇ ਪ੍ਰੈਸ ਕਰਾ ਕੇ ਏਦਾਂ ਹੀ ਰੱਖਿਆ ਹੋਇਆ ਜਿਹਦਾ ਅੱਛਾ ਇਹ ਕਮੀਜ਼ ਹੈ ਲਓ ਜੀ ਇਹ ਹੈਗਾ ਦੁਪੱਟਾ ਸਭ ਤੋਂ ਪਹਿਲਾਂ ਤੁਹਾਨੂੰ ਦੁਪੱਟਾ ਦਿਖਾਤੀ ਚਨੋਨ ਦਾ ਦੁਪੱਟਾ ਹੈ ਇਹ ਪੀਚ ਜਿਹਾ ਕਲਰ ਹੈ ਹਨਾ ਤੇ ਏਦਾਂ ਇਹਦੇ ਤੇ ਹਨਾ ਲੈਸ ਲੱਗੀ ਹੋਈ ਹੈ ਤੇ ਇਹ ਲੱਗੀ ਹੋਈ ਮੋਤੀਆਂ ਵਾਲੀ ਤੇ ਸਾਈਡਾਂ ਦੇ ਅੱਜਾਂ ਦੂਜਾ ਕੋਟਾ ਲੱਗਿਆ ਹੋਇਆ ਸ਼ਫੂਨ ਦਾ ਦੁਪੱਟਾ ਇਹ ਜੀ ਹੈ ਪਿਓਰ ਚਨੂਨ ਦਾ ਸ਼ਫੂਨ ਦੇ ਚਨੂਨ ਤੋਂ ਮੈਨੂੰ ਥੋੜ੍ਹਾ ਕਨਫਿਊਜ਼ਨ ਹੋ ਜਾਂਦੀ ਹੈ ਪਿਓਰ ਚਨੂਨ ਦਾ ਦੁਪੱਟਾ ਹੈ ਇਹ ਤੇ ਇਹ ਹੈਗਾ ਜੀ ਦਾ ਕਮੀਜ਼ ਏਦਾਂ ਹੀ ਕਮੀਜ਼ ਹੈ ਗਲੇ ਦੇ ਏਦਾਂ ਵਰਕ ਕਰਿਆ ਹੋਇਆ ਹਲਕਾ ਜਿਹਾ ਸਿੱਪੀ ਟੱਚ ਕੀ ਕਹਿੰਦੇ ਇਹਨੂੰ ਟੱਚ ਦਿੱਤਾ ਹੋਇਆ ਤੇ ਆ ਦੇਖੋ ਨੀਚੇ ਮੋਤੀ ਤੇ ਏਦਾਂ ਲਾਈਨਾਂ ਪਾਈਆਂ ਹੋਈਆਂ ਨੇ ਤੇ ਪੱਲੇ ਦੇ ਏਦਾਂ ਹਨਾ ਇਹ ਲੈਸ ਲਾਈ ਹੋਈ ਹੈ ਦੁਪੱਟੇ ਦੇ ਨਾਲ ਦੀ ਵਿੱਚ ਇਹ ਮੋਤੀਆਂ ਨਾਲ ਉਹਨਾਂ ਨੇ ਵਰਕ ਕੀਤਾ ਹੋਇਆ ਤੇ ਇਹ ਹੈਗੀ ਨੇ ਜੀ ਬਾਹਵਾਂ ਇਹਦੇ ਦੇਖੋ ਏਦਾਂ ਬਾਹਵਾਂ ਨੇ ਤੇ ਇਹ ਹੈਗੀ ਜੀ ਸਲਵਾਰ ਸਲਵਾਰ ਤੇ ਵੀ ਏਦਾਂ ਪੌਂਚਿਆਂ ਦੇ ਹਨਾ ਸਲਵਾਰ ਤੇ ਵੀ ਏਦਾਂ ਪੌਂਚਿਆਂ ਦੇ ਵਰਕ ਕੀਤਾ ਹੋਇਆ ਦੇਖੋ ਤੇ ਇਹ ਸੂਟ ਹੈ ਜੀ ਆਪਣਾ 7500 ਦਾ ਸੂਟ ਆਪਾਂ ਨੇ ਤੁਹਾਨੂੰ ਸਾਰੇ ਦਿਖਾਤੇ ਹਨਾ ਲਓ ਜੀ ਇਹ ਆਪਾਂ ਨੇ ਲਿਆ ਸੀਗਾ ਪਰਸ ਤੇ ਇਹ ਪਰਸ ਦੇ ਨਾਲ ਇਹ ਵਾਲਾ ਪਰਸ ਇੱਕ ਵਿੱਚ ਕੋਂਬੋ ਆਇਆ ਸੀਗਾ ਹਨਾ ਫ੍ਰੀ ਆਇਆ ਸੀਗਾ ਤੇ ਇਹ ਵਾਲੀ ਤਾਂ ਨਹੀਂ ਇਹ ਵਾਲੇ ਪਰਸ ਦੇ ਵਿੱਚ ਆਪਾਂ ਪਾ ਸਕਦੇ ਹਾਂ ਤੇ ਇਹ ਵਾਲਾ ਪਰਸ ਆਇਆ ਸੀਗਾ ਮੇਰੇ 3000 ਦਾ ਜੀ ਉਸ ਤੋਂ ਬਾਅਦ ਚ ਆ ਗਈਆਂ ਆਪਣੇ ਚੂੜੀਆਂ ਜਿਹੜੀਆਂ ਆਪਾਂ ਨੇ ਲਈਆਂ ਸੀਗੀਆਂ ਉਹ ਵਾਲੇ ਸੂਟ ਦੀਆਂ ਚੂੜੀਆਂ ਤਾਂ ਉੱਧਰ ਮੈਂ ਚਲੋ ਹੁਣ ਉਹ ਤਾਂ ਰਹਿਣ ਦੇ ਦਵਾਂ ਜਿਹੜੀ ਸਾਹਮਣੇ ਉਹ ਦਿਖਾ ਦਵਾਂ ਇਹ ਤਾਂ ਸੈੱਟ ਬਣਾਇਆ ਹੋਇਆ ਸੀਗਾ ਚੂੜੀਆਂ ਦਾ ਇਹ ਪਾਈਆਂ ਸੀਗੀਆਂ ਆਪਣੇ ਜਾਗੋ ਤੇ ਦੇਖੋ ਦੇਖੋ
ਇਹ ਔਰੇਂਜ ਕਲਰ ਦੇ ਸੂਟ ਨਾਲ ਮਲੇ ਜਿਹੜਾ ਲਹਿੰਗਾ ਸੀਗਾ ਉਹਦੇ ਨਾਲ ਲਈਆਂ ਸੀਗੀਆਂ ਕਿ ਜੁੜੀ ਸੋ ਵਿੱਚ ਹੀ ਆਉਂਦੇ ਤੇ ਜਿਹੜਾ ਆਪਾਂ ਨੇ ਬਰਾਤ ਵਾਲੇ ਦਿਨ ਸੂਟ ਪਾਇਆ ਸੀਗਾ ਉਹਦੇ ਨਾਲ ਇਹ ਵਾਲੀ ਚੁੰਨੀਆਂ ਸੀਗੀਆਂ ਇਹਨਾਂ ਦੀ ਨਾ ਸਾਰੀ ਮੈਚਿੰਗ ਹਿੱਲੀਆਂ ਪਈਆਂ ਨੇ मैचिंग किसी की सेम नहीं हैगी हुई भी किसी की किधरे नू जा रही है किसी की किधरे नू जा रही है क्योंकि जो आप कट के रख देने चूड़िया फिर तो ही हो ही जाता है बस तुम ऐसे देख लो ये बिच कंच दियां भी ने बिच दूजिया भी है मैटल दियां देखो ये वाली आप बरात वाले दिन पाइया सही है प्राइस नहीं ज्यादा है क्योंकि कट्ठिया लिया सी 2000-2500 की चूड़िया आई सी अपनी नेक्स्ट है तुम मैंने कहा थोड़ा जो सैट है ना भी वह गोल्ड का है जा भी नहीं कई कमेंटा से कहते नहीं गोल्ड का नहीं है कई कमेंट आ रही भी गोल्ड का है तो कई ने पूछा भी थोड़ा सैट किन्ने तोड़े का है तो सू सैट भी दिखा दें तो यह भी दस दें भी अपना सैट जो किन्ने तोड़े का है देखो ये है जी अपना सैट इदा कांटे ने ਇਹ ਹੈਗਾ ਜਿਹਦਾ ਟਿੱਕਾ ਟਿੱਕਾ ਲਾਇਆ ਹੋਇਆ ਵੈਸੇ ਮੈਨੂੰ ਸੋਹਣਾ ਲੱਗਦਾ ਹੈ ਇਹ ਟਿੱਕਾ ਇਹਦਾ ਤੇ ਬਾਕੀ ਆਪਾਂ ਨੇ ਪੈਂਡਲ ਬਣਵਾਇਆ ਹੋਇਆ ਇਹਦਾ ਨਾ ਤੇ ਨਾਲ ਲੋਕਟ ਹੈ ਤੇ ਦੇਖੋ ਇਦਾਂ ਤੇ ਇਹ ਸੈੱਟ ਬਣਿਆ ਹੈਗਾ ਜੀ ਆਪਣਾ 3 ਤੋਲੇ ਦਾ ये सैट है अपना 3 तोल का एक भैन का कमेंट है शायद उन्होंने पता नहीं क्या कह रिंग भी बनवाई हुई है कुछ पता नहीं उन्होंने 4 तोले का किसी ने दसिया हुआ मेरा सैट है पर 3 तोले का लो जी जिनी भी शॉपिंग सी अपने ब्याह की है ना जेडे जेडे सूट अपने पाए तो जेडे नहीं पाए है ना वो अपन थोड़ा दिखाते 3 सूट अजे हो रहे हैं मेरे को बहुत ज्यादा है तो ये सूट मैं आए नहीं जी मेरे भरा के सो रहे तो ਇਹ ਸੂਟ ਹੈਗਾ ਜੀ ਜੋਰ ਜੱਟ ਤੇ ਮਸਟਰਡ ਕਲਰ ਦਾ ਸੂਟ ਹੈ ਇਹ ਆਲ ਓਵਰ ਸੂਟ ਹੈ ਇਹ ਜੋਰ ਜੱਟ ਦਾ ਇਹ ਦੇ ਜੀ ਵਾਈਟ ਕਲਰ ਦਾ ਜਿਹੜਾ ਵਰਕ ਕੀਤਾ ਹੋਇਆ ਹੈ ਇਹ ਆਪਣਾ ਬੇਲਾਂ ਹੋ ਗਿਆ ਤੇ ਨੀਚੇ ਪੱਲੇ ਤੇ ਇਦਾਂ ਡਿਜ਼ਾਈਨ ਹੋ ਗਿਆ ਇਹਦੀਆਂ ਬਾਹਾਂ ਵਗੈਰਾ ਨਹੀਂ ਹੈਗੇ ਮੈਨੂੰ ਲੱਗਦਾ ਹੈਗੇ ਨਹੀਂ पहुंची भी है मम्मी नहीं नहीं बाह मैं दूसरे देख ले आ देखो ये है बाह ते ये है जी दुपट्टा दुपट्टे दे दा 4 साइड कट वर्क है दुपट्टा भी जेड़ा एदा जोर जट गए ऐदा 4 साइड कट वर्क है ते विच ऐदा बुट्टे पाए हुए ने मस्टर्ड कलर का ही सूट है पर हजे आपां इन्हां चों सिलाई नहीं करवाना कोई भी सूट क्योंकि अगे कोई फंक्शन आऊगा ना फिर करवावांगे जे हुणे करवा लिया फिर हुण आपां कोल दूजे सूट पए ने काफी है ना ते इह सूट हैगा जी ऑरगेंजा दे सलवार प्योर दी है कमीज हैगा ऑरगेंजा दा ऐदा ये गले के वर्क है गले से डिजाइन किया हुआ है तो ऐदा बेलां पाई हुई ने नाले बिच तो लाए हुए ने कि सितारे कहते थे अभी पहले ही ऐदा जो पल्ले
वर्क किया हो ते ए है गया जी दुपट्टा चनून का है गया दुपट्टा मेरे को ना जिन्ने भी सूट ने है ना कोई जैलो नाल जिवे हुण ए वाला है ना एदा ए दुपट्टा है कोई जैलो सूट है कोई किसी नाल कोई दुपट्टा है ना सगो मैनू मेरी फ्रेंड भी है ना मैं कॉल करदी हुंदी कहिंदी तू इक ही सूट पा के आ जांदी कहिंदी बदल बदल के मैनू हरप्रीत पता क्या कहिंदी कि तू 3 दिन हो गए इक सूट पा के आ रही है मैं कहिंदी नहीं कि मैं सोची जी चुनिया कितने ले ले आनी है फिर मैं दिखाया मैं क्या देख इस नाल आए मैं फोटो कट कट दिखाइया फिर मेरे को बहुत ज्यादा सूट ना पीले रंग से कहते पीले रंग इन्ने पसंद है मैं क्या जब दुकान से जाने ना उदो सूट मतलब कि पसंद आ जाने लो जी एक सूट है यह है प्योर से देखो ऐसा जो पला है प्रिंटदार है ते विच छोटे छोटे सितारे लगे हुए हैं ते ए हैगी जी दी बैक बाहां ही मिलदे दी ऐदा ही होणगे प्लेन है आला कलर नहीं तेरे कोई भी है ना मम्मी वैसे कलर तो चलो वो भी नहीं है ना ए भी नहीं है ना तो कलर तो मम्मी ना का दम तड़ाया हुआ है हैं मैं तेरी मम्मी ना का दम तड़ाया हुआ मेरी मम्मी ने दम तड़ाया सी मम्मी ने पता क्या कहते हैं कहते असं कोई सूट साट नहीं दवाया इस बारी है वैसे मेरे सोहरे ने मैंने कोई सूट नहीं दवाया मम्मी ने मैंने याद कराते थोड़ा दसने वास्ते मैंने पता है भी उन्होंने खर किन्ने सूट ले जाने ला इस बारी मैंने सारे सूट जिन्ने हैं मेरे पेकियों ने दवाए ने मेरे सरदार जी ने मैंने अपनी दुकान आए दवाए ना है अपनी दुकान आए दवाए लो जी ये हैगी सलवार लो जी जिनी शॉपिंग जो अपने खरीदे पाया है सारा कुछ तुम दिखाते हैं चलो जी ये सी अपनी अज की वीडियो सो फ्रेंड्स उम्मीद करते थोड़ी मेरी अज की वीडियो पसंद आई होगी जे थोड़ी मेरी अज की वीडियो पसंद आई तो प्लीज़ मैं लाइक तो कमेंट करके जरूर दस्यो जी तो जे तुम मेरे चैनल पर नवे तो प्लीज़ चैनल सबसक्राइब जरूर कर लियो चलो आप मिलेंगे थोड़ा नैक्सट ब्लॉग में तद तक बाय बाय सत श्री अकाल।